ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜਿਹੜੀ ਵੀ ਕੈਂਡੀਡੇਟ 2023 ਦੇ ਵਿੱਚ ਇੱਕ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਦੇਖਦੇ ਨੇ ਉਹਨਾਂ ਲਈ ਬਹੁਤ ਵਧੀਆ ਮੌਕਾ ਹੈ ਸੋ ਅੱਜ ਦੀ ਡਿਟੇਲਡ ਵੀਡੀਓ ਹੋਣ ਵਾਲੀ ਹੈ ਉਹਨਾਂ ਸਾਰੀਆਂ ਭਰਤੀਆਂ ਦੇ ਲਈ ਜਿਹੜੀਆਂ ਨੋਟੀਫਿਕੇਸ਼ਨ ਆਊਟ ਹੋ ਚੁੱਕੇ ਨੇ ਜਾਂ ਆਉਣ ਵਾਲੇ ਨੇ ਕੁਝ ਦਿਨਾਂ ਦੇ ਵਿੱਚ ਜਿਨ੍ਹਾਂ ਦਾ ਅਫੀਸ਼ੀਅਲ ਸ਼ਾਰਟ ਨੋਟੀਫਿਕੇਸ਼ਨ ਵੀ ਆ ਚੁੱਕੇ ਨੇ ਉਹ ਵੀ ਮੈਂ ਤੁਹਾਨੂੰ ਡਿਟੇਲ ਦੱਸਾਂਗਾ ਸੋ ਵੀਡੀ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੇ ਰਿਕਰੂਟਮੈਂਟ ਰਿਲੇਟਿਡ ਅਪਡੇਟ ਦੇਣੇ ਉਹ ਲੈ ਕੇ ਆਂਦਾ ਹੀ ਰਵਾਂਗਾ ਤੇ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਇਸੇ ਤਰ੍ਹਾਂ ਸਾਰੇ ਰਿਕਰੂਟਮੈਂਟ ਰਿਲੇਟਿਡ ਅਪਡੇਟ ਲਈ ਸਾਡੀ ਵੈਬਸਾਈਟ ਜੋ ਕਿ meetacademy.xyz ਉੱਥੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਅਪਲਾਈ ਵੀ ਕਰ ਪਾਉਗੇ ਬਾਕੀ ਹਰ ਤਰ੍ਹਾਂ ਦੀ ਡਿਟੇਲਡ ਨੋਟੀਫਿਕੇਸ਼ਨ ਦੇ ਲਈ ਤੁਸੀਂ ਜੁੜੇ ਰਹਿਣਾ ਸਾਡੀ ਵੈਬਸਾਈਟ ਦੇ ਨਾਲ ਤੇ ਬਾਕੀ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਫਿੰਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ 1 ਬਾਈ 1 ਤੁਹਾਨੂੰ ਸਾਰੇ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਦਿਖਾਣਾ ਹੈ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਫਰਸਟ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਸੋ ਜੀ ਸੀਰੀਜ਼ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਪੋਸਟਾਂ ਦੀ ਉਸ ਸੀਰੀਜ਼ ਵਿੱਚ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਨੇ ਤੁਹਾਨੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪਹਿਲੇ ਨੋਟੀਫਿਕੇਸ਼ਨ ਦੀ ਜਿਹੜਾ ਕਿ ਰੇਲਵੇ ਦਾ ਹੈ ਇਹ 올 ਇੰਡੀਆ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਤੇ ਪੋਸਟਾਂ ਦੀ ਗੱਲ ਕਰਾਂ ਤਾਂ 4100 ਪੋਸਟਾਂ ਨੇ ਸਭ ਤੋਂ ਮੇਨ ਗੱਲ ਜਿਹੜੀ ਹੈ ਜੀ ਉਹ ਫਰੈਸ਼ਰਸ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜੀ ਇਸ ਦੇ ਵਿੱਚ ਨੋਟੀਫਿਕੇਸ਼ਨ ਆਲਰੇਡੀ ਰੀਲੀਜ਼ ਹੋ ਚੁੱਕੇ ਹੈ ਜੀ ਲਾਸਟ ਡੇਟ ਦੀ ਅਗਰ ਮੈਂ ਗੱਲ ਕਰਾਂ 29 ਜਨਵਰੀ 2023 ਜਿਹੜੀ ਹੈ ਜੀ ਇਹਦੇ ਲਈ ਰਹਿਣ ਵਾਲੀ ਹੈ ਤੇ ਇਹ 올 인디아 ਤੋਂ ਮੇਲ ਅਤੇ ਫੀਮੇਲ ਦੋਨੋਂ ਕੈਂਡੀਡੇਟ ਦੋਨੋਂ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਦੇ ਲਈ ਕਰ ਸਕਦੇ ਨੇ ਇਸ ਦੇ ਵਿੱਚ ਐਲੀਜੀਬਿਲਟੀ ਦੀ ਗੱਲ ਕਰਾਂ ਤਾਂ 10th ਪਾਸ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਤੇ ਇਸੇ ਦੇ ਨਾਲ ਅਗਰ ਗੱਲ ਕਰੀਏ ਫਰੈਸ਼ਸ ਦੇ ਲਈ ਹੈ ਔਰ ਸਿਲੈਕਸ਼ਨ ਮੋਡ ਜਿਹੜਾ ਜੀ ਤੁਹਾਡਾ ਤੁਹਾਡੇ ਮਾਰਕਸ ਦੇ ਅਕੋਰਡਿੰਗਲੀ ਤੁਹਾਡੀ ਇਹ ਚ ਮੈਰਿਜ ਜਿਹੜੀ ਹੈ ਜੀ ਉਹ ਲੱਗਣ ਵਾਲੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਆਨਲਾਈਨ ਸਿਰਫ ਅਪਲਾਈ ਕਰਨਾ ਹੈ ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਦੀ ਗੱਲ ਕਰੀਏ ਤਾਂ 100 ਰੁਪੀ ਜਿਹੜੇ ਨੇ ਤੁਸੀਂ ਉਹ ਪੇ ਕਰਨੇ ਹੋਣਗੇ ਅਗਰ ਤੁਸੀਂ ਜਨਰ ਕਰ ਦਊ ਸਟੀ ਐਸਟੀ ਫੀਮੇਲ ਤੇ ਅਦਰ ਕੈਂਡੀਡੇਟ ਨੂੰ ਕਿਸੇ ਤਰ੍ਹਾਂ ਦੀ ਕੋਈ ਅਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਨਹੀਂ ਕਰਨੀ ਹੋਏਗੀ ਇਸ ਦੇ ਵਿੱਚ ਵੈਕੈਂਸੀਸ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਕਾਰਪੈਂਟਰ ਦੀ ਉਸ ਤੋਂ ਬਾਅਦ ਏਸੀ ਮਕੈਨਿਕ ਡੀਜ਼ਲ ਮਕੈਨਿਕ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਇਲੈਕਟ੍ਰੀਸ਼ੀਅਨ ਇਲੈਕਟ੍ਰੋਨਿਕ ਮਕੈਨਿਕ ਦਿਆਂ ਨੇ ਪੇਂਟਰ ਦਿਆਂ ਨੇ ਐਮ ਐਮ ਡਬਲਯੂ ਵੈਲਡਰ ਦਿਆਂ ਨੇ ਜਿਨ੍ਹਾਂ ਨੇ ਵੀ ਕੈਂਡੀਡੇਟ 10th ਪਲੱਸ ਆਈਟੀ ਆਈ ਰੈਲੇਵੈਂਟ ਡਿਸਪਲਿਨਸ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਇਹ ਨੋਟੀਫਿਕੇਸ਼ਨ ਸਾਊਥਰਨ ਸਾਊਥ ਸੈਂਟਰ ਰੇਲਵੇ ਵੱਲੋਂ ਆਊਟ ਕੀਤਾ ਗਿਆ ਹੈ ਜੀ ਜੋ ਕਿ ਅਪਰੈਂਟਿਸ ਦਾ ਹੈ 올 ਇੰਡੀਆ ਦੇ ਕੈਂਡੀਡੇਟਸ ਲਈ ਐਲੀਜੀਬਲ ਹੁੰਦੇ ਨੇ ਤੇ ਅਪਲਾਈ ਕਰਦੇ ਨੇ ਆਲਰੇਡੀ ਸੋ ਤੁਸੀਂ ਵੀ ਜ਼ਰੂਰ ਅਪਲਾਈ ਕਰਿਓ ਇਸ ਦੇ ਵਿੱਚ ਨੋਟੀਫਿਕੇਸ਼ਨ ਪੀਡੀਐਫ ਦਾ ਲਿੰਕ ਮੈਂ ਦੇ ਦਿੱਤਾ ਇੱਥੇ ਤੁਹਾਨੂੰ ਤੇ ਨਾਲ ਦੇ ਨਾਲ ਅਪਲਾਈ ਕਰਨ ਦਾ ਲਿੰਕ ਵੀ ਇੱਥੇ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਹੈ ਸੋ ਡਿਸਕ੍ਰਿਪਸ਼ਨ ਚ ਪ ਸੈਕੰਡ ਨੋਟੀਫਿਕੇਸ਼ਨ ਦੀ ਗੱਲ ਕਰਾਂ ਤਾਂ ਇਹ ਭਾਰਤ ਸੰਚਾਰ ਨਿਗਮ ਲਿਮਟਿਡ ਮਤਲਬ BSNL ਵੱਲੋਂ ਜਾਰੀ ਕੀਤਾ ਗਿਆ ਹੈ ਜਿਹਦੇ ਲਈ 올 ਇੰਡੀਆ ਕੈਂਡੀਡੇਟ ਐਲੀਜੀਬਲ ਨੇ ਤੇ ਇਹਦੇ ਲਈ ਤੁਸੀਂ ਜਿਹੜੀ ਪੋਸਟ ਲਈ ਅਪਲਾਈ ਕਰਨਾ ਹੈ ਜੀ ਉਹ ਹੈਗਾ ਜੀਟੀਓ ਦੀ ਪੋਸਟ ਆਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੋਏਗਾ ਥਰਡ ਪਾਰਟੀ ਕੋਈ ਵੈਬ ਨਹੀਂ ਹੈ ਨਾ ਹੀ ਕਿਸੇ ਕਾਲ ਸੈਂਟਰ ਵੱਲੋਂ ਇਹ ਨੋਟੀਫਿਕੇਸ਼ਨ ਹੈ ਇਹ ਬਿਲਕੁਲ ਪਰਮਨੈਂਟ ਰੈਗੂਲਰ ਵੈਕੈਂਸੀਜ਼ ਦਾ ਹੈਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਕਿ ਇਸ ਦੇ ਵਿੱਚ ਤੁਸੀਂ ਤੁਹਾਡੀ ਸਿਲੈਕਸ਼ਨ ਕਿੱਦਾਂ ਹੋਣੀ ਹੈ ਤਾਂ ਸਭ ਤੋਂ ਪਹਿਲਾਂ ਰਿਟਰਨ ਟੈਸਟ ਹੋਣਾ ਹੈ ਤੇ ਇੰਟਰਵਿਊ ਤੁਹਾਡੀ ਜਿਹੜੀ ਹੈ ਜੀ ਇਹ ਚ ਹੋਣੀ ਹੈ ਆਲ ਮੇਲ ਐਂਡ ਫੀਮੇਲ ਕੈਂਡੀਡੇਟਸ ਲਈ ਐਲੀਜੀਬਲ ਨੇ ਅਪਲੀਕੇਸ਼ਨ ਫੀਸ ਤਾਂ ਨੀਚੇ ਦੱਸੀ ਗਈ ਹੈ ਜੀ ਔਰ ਇਸ ਦੇ ਵਿੱਚ ਇੱਕ ਚੀਜ਼ ਹੋਰ ਐਪ ਜੋਬ ਦੇ ਲਈ ਤੁਹਾਡੇ ਕੋ ਕੋਈ ਪੈਸਾ ਨਹੀਂ ਲਿਆ ਜਾਂਦਾ ਸੋ ਉਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜੀ ਜੀਟੀਓ ਦੀ ਅਗਰ ਮੈਂ ਗੱਲ ਕਰਾਂ ਜੂਨੀਅਰ ਟੈਕ ਜੋ ਕਿ ਹੈਗੀ ਹੈ ਜੂਨੀਅਰ ਟੈਲੀਕਮ ਅਫੀਸਰ ਦੀ ਵੈਕੈਂਸੀਸ ਨੇ ਇਸ ਦੇ ਵਿੱਚ 11705 ਵੈਕੈਂਸੀਸ ਨੇ ਜੋ ਕਿ ਰੈਗੂਲਰ ਨੇ ਔਰ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਕੁਆਲਿਫੀਕੇਸ਼ਨ ਦੀ ਜਿਨ੍ਹਾਂ ਨੇ ਵੀ ਬੈਚਲਰ ਆਫ ਇੰਜੀਨੀਅਰਿੰਗ ਡਿਗਰੀ ਕੀਤੀ ਹੋਈ ਹੈ ਇਲੈਕਟ੍ਰੋਨਿਕਸ ਦੇ ਵਿੱਚ ਰੇਡੀਓ ਦੇ ਵਿੱਚ ਕੰਪਿਊਟਰ ਦੇ ਵਿੱਚ ਇਲੈਕਟ੍ਰੀਕਲ ਦੇ ਵਿੱਚ ਆਈਟੀ ਦੇ ਵਿੱਚ ਠੀਕ ਹੈ ਜੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਇਨਸਟਰੂਮੈਂਟੇਸ਼ਨ ਦੇ ਵਿੱਚ ਐਮ ਐਸ ਸੀ ਦੇ ਵਿੱਚ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜੀ ਔਰ ਇਹਦੇ ਲਈ ਅਗਰ ਗੱਲ ਕਰਾਂ ਅਪਲਾਈ ਕਰਨਾ 10 ਜਨਵਰੀ ਤੋਂ ਸਟਾਰਟ ਹੋ ਜਾਵੇਗਾ 31 ਜਨਵਰੀ 2023 ਜਿਹੜਾ ਹੈ ਜੀ ਇਹਦਾ ਜਿਹੜਾ ਉਹ ਲਾਸਟ ਡੇਟ ਰਹਿਣ ਵਾਲੀ ਹੈ ਸੋ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਕਿ ਤੁਹਾਨੂੰ ਇਹ ਚ ਸੈਲਰੀ ਜਿਹੜੀ ਮਿਲਣੀ ਹੈ 16400 ਤੁਹਾਡੀ ਸਟਾਰਟਿੰਗ ਸੈਲਰੀ ਹੈ ਜੀ ਔਰ ਇਸੇ ਦੇ ਨਾਲ 40500 ਤੱਕ ਤੁਹਾਡੀ ਸੈਲਰੀ ਰਹੇਗੀ ਮਿਨਿਮਮ ਏਜ ਲਿਮਿਟ ਤੁਹਾਡੀ 20 ਹੈ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਸੇ ਦੇ ਨਾਲ ਅਗਰ ਅਸੀਂ ਗੱਲ ਕਰੀਏ ਕਿ ਇਸ ਦੇ ਵਿੱਚ ਤੁਹਾਨੂੰ ਅਦਰ ਅਲੌਇੰਸਸ ਵੀ ਦਿੱਤੇ ਜਾਣਗੇ ਔਰ ਪਲੱਸ ਇਸ ਦੇ ਵਿੱਚ ਏਜ ਰੈਲੈਕਸੇਸ਼ਨ ਉਹਨਾਂ ਕੈਂਡੀਡੇਟ ਨੂੰ ਮਿਲੇਗੀ ਜੋ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਕਿ ਜਿਹੜੀ ਨ ਡਿਸਕ੍ਰਿਪਸ਼ਨ ਜੀ ਤੁਹਾਨੂੰ ਮੈਂ ਦੇ ਦਿੱਤਾ ਹੈ ਤੁਸੀਂ ਜਰੂਰ ਚੈੱਕ ਕਰਕੇ ਇਹਦੇ ਲਈ ਅਪਲਾਈ ਕਰ ਲੈਣਾ ਜੀ ਹੁਣ ਅਸੀਂ ਗੱਲ ਕਰਦੇ ਹਾਂ ਥਰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਤੇ ਉਸ ਤੋਂ ਬਾਅਦ ਗੱਲ ਕਰਾਂ ਅਪਕਮਿੰਗ ਪੋਸਟ ਜਿਹੜੀ ਜਿਹਦੇ ਲਈ ਸਾਰੇ ਕੈਂਡੀਡੇਟ ਪੰਜਾਬ ਦੇ ਜਿਹੜੇ ਕੈਂਡੀਡੇਟ ਨੇ ਬੇਸਿਕਲੀ ਜਿਹੜੇ ਕੀ ਕਾਫੀ ਟਾਈਮ ਤੋਂ ਵੇਟ ਕਰ ਰਹੇ ਨੇ ਜਿਹੜੀ ਹੈਗੀ ਹੈ ਜੀ ਪੰਜਾਬ ਪੁਲਿਸ ਦੀ ਠੀਕ ਹੈ ਜੀ ਇਹਦੇ ਵਿੱਚ ਅਗਰ ਅਸੀਂ ਗੱਲ ਕਰੀਏ ਅਪਕਮਿੰਗ ਪੋਸਟ ਦੀ ਅਨਾਉਂਸਮੈਂਟ ਉਹਨਾਂ ਨੇ 1800 ਕਨਸਟੇਬਲ ਪੋਸਟਾਂ ਦੀ ਠੀਕ ਹੈ ਜੀ ਇਸੇ ਦੇ ਨਾਲ 300 ਜਿਹੜੀਆਂ ਨੇ OSi ਦੀਆਂ ਪੋਸਟਾਂ ਦੀ ਅਨਾਉਂਸਮੈਂਟ ਕੀਤੀ ਸੀ ਜੇ ਕਿ ਪ੍ਰੀਵੀਅਸ ਡੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੀ ਸੀਗੀ ਸੋ ਇਹ ਪੋਸਟਾਂ ਜਿਹੜੀਆਂ ਨੇ ਉਹ ਉਹਨਾਂ ਨੇ ਹਰ ਸਾਲ ਕੱਢਣੀਆਂ ਨੇ ਤੇ ਹਰ ਸਾਲ ਉਹਦਾ ਕਲੂਜ਼ਰ ਵੀ ਕਰਨਾ ਹੈ ਇਹ ਚੀਜ਼ ਜਿਹੜੀ ਹੈ ਜੀ ਉਹ ਦਿੱਤੀ ਗਈ ਭਗਵੰਤ ਮਾਨ ਸਰਕਾਰ ਵੱਲੋਂ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਉਹ ਇਹ 1800 ਪੋਸਟਾਂ ਦਾ ਕੱਢਣਗੇ ਸੋ ਉਸ ਦੇ ਰਿਲੇਟਿਡ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਡਿਸਪਲਨ ਦੇ ਵਿੱਚ ਪਲੱਸ 2 ਵਾਲੇ ਕੈਂਡੀਡੇਟਸ ਲਈ ਬਹੁਤ ਵਧੀਆ ਮੌਕਾ ਹੈ ਜੀ ਸੋ ਇਹਦੇ ਵਿੱਚ ਤੁਹਾਡਾ ਰਿਟਨ ਟੈਸਟ ਵੀ ਹੋਵੇਗਾ ਤੁਹਾਡਾ ਫਿਟਨੈਸ ਵੀ ਹੋਏਗਾ ਠੀਕ ਹੈ ਜੀ ਜਿਹਨੂੰ ਪੀਈਟੀ ਬੋਲਦੇ ਤੁਸੀਂ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਵੀ ਹੋਏਗਾ ਔਰ ਇਸੇ ਦੇ ਨਾਲ ਤੁਹਾਡਾ ਮੈਡੀਕਲ ਵਗੈਰਾ ਵੀ ਹੋਏਗਾ ਸੋ ਉਸ ਦੇ ਅਕੋਰਡਿੰਗਲੀ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਰੱਖਣੀ ਹੈ ਬਾਕੀ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਦੇਵਾਂਗਾ ਇਹਦੇ ਲਈ ਤਿਆਰੀ ਕਰਨ ਦੇ ਲਈ ਸੋ ਉਹ ਤੁਸੀਂ ਆਪਣਾ ਸਟੱਡੀ ਮਟੀਰੀਅਲ ਡਾਊਨਲੋਡ ਕਰ ਸਕੋਗੇ ਸੋ ਪੋਸਟਾਂ ਤੁਹਾਨੂੰ ਪਤਾ ਹੀ ਹੈ ਇਹ ਪੰਜਾਬ ਦੀ ਪੋਸਟਾਂ ਮੈਨ ਲਈ ਹੁੰਦੀਆਂ ਨੇ ਜੀ ਪੰਜਾਬ ਪੁਲਿਸ ਦੇ ਵਿੱਚ ਸੋ ਤੁਸੀਂ ਇਹਦੇ ਲਈ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਰੱਖਣੀ ਹੈ 1800 ਪਲੱਸ 300 ਪੋਸਟਾਂ ਨੇ +2 ਵਾਲਿਆਂ ਲਈ 1800 ਪੋਸਟਾਂ ਕਨਸਟੇਬਲ ਦੀਆਂ ਨੇ ਤੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਉਹਨਾਂ ਲਈ 300 ਪੋਸਟਾਂ ਐਸਆਈ ਦੀਆਂ ਨੇ ਜੋ ਕਿ ਬਹੁਤ ਵਧੀਆ ਆਪਰਚੂਨਿਟੀ ਰਹੇਗੀ ਉਸੇ ਦੇ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਫੋਰਥ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜਿਹੜੀਆਂ ਕਿ ਆਲਰੇਡੀ ਆਊਟ ਹੋ ਚੁੱਕੀਆਂ ਨੇ ਸੋ ਇਹ ਨੋਟੀਫਿਕੇਸ਼ਨ ਜਿਹੜਾ ਜੀ ਸਟਾਫ ਸਿਲੈਕਸ਼ਨ ਕਮਿਸ਼ਨ ਮਤਲਬ SSC ਵੱਲੋਂ ਜਾਰੀ ਹੁੰਦਾ ਹੈ ਜੀ ਔਰ ਇਸੇ ਦੇ ਨਾਲ ਕੈਂਡੀਡੇਟ ਕਈ ਵਾਰੀ ਮੈਨੂੰ ਕਮੈਂਟ ਵੀ ਕਰਦੇ ਨੇ ਕਿ ਇਹ ਤਾਂ ਸੈਂਟਰ ਦੀਆਂ ਪੋਸਟਾਂ ਨੇ ਤੋ ਸੈਂਟਰ ਦੀਆਂ ਪੋਸਟਾਂ ਲਈ 올 ਇੰਡੀਆ ਤੋਂ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਤੇ ਸੈਂਟਰ ਦੇ ਵਿੱਚ ਆਪਣਾ ਪੰਜਾਬ ਵੀ ਆਉਂਦਾ ਹੈ ਸੋ ਪੰਜਾਬਲੇ ਕੈਂਡੀਡੇਟ ਵੀ ਐਲੀਜੀਬਲ ਨੇ ਕਿਉਂਕਿ ਮੈਨੂੰ ਪ੍ਰੀਵੀਅਸ ਵੀਡੀਓ 'ਚ ਇੱਕ ਵਾਰੀ ਇਸ ਦੇਖਣ ਨੂੰ ਮਿਲਿਆ ਸੀ ਕੈਂਡੀਡੇਟ ਲਿਖ ਰਿਹਾ ਸੀ ਇਹ ਤਾਂ ਸੈਂਟਰ ਦੀਆਂ ਪੋਸਟਾਂ ਤੁਸੀਂ ਦੱਸ ਰਹੇ ਹੋ ਸਟੇਟ ਦੀਆਂ ਦੱਸੋ ਤਾਂ ਅਗਰ ਸੈਂਟਰ ਵਾਲੀਆਂ ਪੋਸਟਾਂ ਨੂੰ ਤੁਸੀਂ ਛੱਡ ਦੋਗੇ ਤਾਂ ਉਹ ਤਾਂ ਤੁਹਾਡੀਆਂ ਮ ਕਾਰੀ ਜੋਬ ਚਾਹਦੇ ਹੋ ਤਾਂ ਸੋ ਉਹਦੇ ਲਈ ਜ਼ਰੂਰ ਅਪਲਾਈ ਕਰੋ ਅੰਗੇਲੀ ਨਾ ਕਰੋ ਕਈ ਕੈਂਡੀਡੇਟ ਇਹਨਾਂ ਨੂੰ ਜਿਹੜਾ ਹੈ ਉਹ ਛੱਡ ਦਿੰਦੇ ਨੇ ਕਿ ਨਹੀਂ ਇਹ ਨਹੀਂ ਅਪਲਾਈ ਕਰਨੀ ਆਪਾਂ ਪੰਜਾਬ ਵਾਲੀਆਂ ਕਰਾਂਗੇ ਸੋ ਇਹਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਕ੍ਰਾਸ ਇੰਡੀਆ ਤੋਂ ਕੈਂਡੀਡੇਟ ਅਪਲਾਈ ਕਰਦੇ ਨੇ ਔਰ ਪੋਸਟ ਆਪ ਪਾਉਂਦੇ ਵੀ ਨੇ ਇਹੀ ਰੀਜ਼ਨ ਆ ਕਿ ਜਿਹੜੇ ਬਿਹਾਰ ਯੂਪੀ ਵਾਲੇ ਕੈਂਡੀਡੇਟ ਨੂੰ ਸਭ ਤੋਂ ਵੱਧ ਸਿਲੈਕਸ਼ਨ ਕਿਉਂ ਆ ਜਾਂਦੇ ਨੇ ਕਿਉਂਕਿ ਉਹ ਇਹਨਾਂ ਚੀਜ਼ਾਂ ਤੇ ਫੋਕਸ ਰੱਖਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਕਦੀ ਵੀ ਲਾਈਟਲੀ ਨਹੀਂ ਲੈਂਦੇ ਸੋ ਤੁਸੀਂ ਇਹ SSC ਦੀਆਂ ਪੋਸਟਾਂ ਨੇ ਅਕ੍ਰੋਸ ਇੰਡੀਆ ਦੇ ਕੈਂਡੀਡੇਟ ਐਲੀਜੀਬਲ ਨੇ ਲੈਵਲ 8 ਦੇ ਅਕੋਰਡਿੰਗਲੀ ਇਹਦੇ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਸੋ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਮਲਟੀਟਾਸਕਿੰਗ ਸਟਾਫ ਦਾ ਜਿਹੜੀ ਹੈ ਜੀ SSC ਦਾ ਤੁਹਾਨੂੰ ਪਤਾ ਹੈ ਕੈਲੰਡਰ ਜਾਰੀ ਹੁੰਦਾ ਹੈ ਉਸ ਦੇ ਵਿੱਚ ਮਲਟੀਟਾਸਕਿੰਗ ਸਟਾਫ ਦੀ ਜਿਹੜੀ ਪੋਸਟਾਂ ਨੇ ਉਹ 8000 ਪੋਸਟਾਂ ਜਿਹੜੀਆਂ ਅਪ੍ਰੋਕਸ ਉਹ ਨਿਕਲਣੀਆਂ ਨੇ ਜਿਹਦੇ ਲਈ 19900 ਤੋਂ ਲੈ ਕੇ 63200 ਤੁਹਾਡੀ ਸੈਲਰੀ ਰਹੂਗੀ ਜੋ ਕਿ ਬਹੁਤ ਵਧੀਆ ਸੈਲਰੀ ਹੈ ਪੰਜਾਬ ਦੇ ਕੈਂਡੀਡੇਟ ਲਈ ਪੰਜਾਬ ਲੋਕੇਸ਼ਨ ਰਹੂਗੀ ਐਲੀਜੀਬਿਲਟੀ ਦੀ ਗੱਲ ਕਰੀਏ 10th ਪਾਸ ਕੈਂਡੀਡੇਟ ਦੇ ਲਈ ਐ ਹੁੰਦੇ ਨਹੀਂ ਕੋਈ ਐਕਸਪੀਰੀਅੰਸ ਵੀ ਨਹੀਂ ਮੰਗਿਆ ਜਾਂਦਾ ਇਹਦੇ ਵਿੱਚ ਔਰ ਅਪਲਾਈ ਤੁਸੀਂ ਕਰ ਸਕਦੇ ਹੋ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰਾਂ ਟਾਇਰ 1 ਤੇ ਟਾਇਰ 2 ਇਹ ਤੇ ਤੁਹਾਡਾ ਰਹਿੰਦਾ ਠੀਕ ਹੈ ਜੀ ਆਨਲਾਈਨ ਤੁਹਾਡਾ ਇਹਦੇ ਵਿੱਚ ਜਿਹੜਾ ਜੀ ਅਪਲਾਈ ਕਰਨ ਦਾ ਪ੍ਰੋਸੈਸ ਰਵੇਗਾ ਔਰ ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀਸ ਸਿਰਫ ਔਰ ਸਿਰਫ 100 ਰੁਪਏ ਹੈ ਜਿਹੜੇ ਤੁਸੀਂ ਪੇ ਕਰਨੀ ਹੈ ਬਾਕੀ ਐਸਸੀ ਐਸਟੀ ਅਦਰ ਫੀਮੇਲ ਦੇ ਲਈ ਬਿਲਕੁਲ ਨਿਲ ਹੈ ਕੋਈ ਵੀ ਤੁਸੀਂ ਪੇ ਨਹੀਂ ਕਰਨਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਹੈ ਜੀ ਇਹ 2023 ਮਾਰਚ ਵਿੱਚ ਸਟਾਰਟ ਹੋ ਜਾਣੀ ਹੈ ਸੋ ਇਹਦਾ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਫੈਬ ਬੈਂਡ ਜਾਂ ਮਾਰਚ ਦੇ ਵਿੱਚ ਇਹਦਾ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਜਾਵੇਗਾ ਕਿਉਂਕਿ ਆਲਰੇਡੀ ਕੈਲੰਡਰ ਦੇ ਵਿੱਚ ਆਇਆ ਹੋਇਆ ਵਾ ਸੋ ਅਪ੍ਰੈਲ ਦੇ ਵਿੱਚ ਇਹਦਾ ਜਿਹੜਾ ਆਨਲਾਈਨ ਉਹ ਪੂਰਾ ਹੋ ਹਾਂ ਤੇ ਪਲੱਸ ਏ ਦੀ ਰੈਲੈਕਸੇਸ਼ਨ ਦਿੱਤੀ ਜਾਵੇਗੀ ਜਿਹੜੇ ਕੈਂਡੀਡੇਟ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਤੁਸੀਂ ਕੈਲੰਡਰ ਚੈੱਕ ਕਰ ਸਕਦੇ ਹੋ ਉੱਥੇ ਕਲਿੱਕ ਕਰਕੇ ਬਾਕੀ ਨੋਟੀਫਿਕੇਸ਼ਨ ਜਲਦੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਲਾਸਟ ਅਗਰ ਮੈਂ ਗੱਲ ਕਰਾਂ ਜਿਹੜਾ ਲਾਸਟ ਨੋਟੀਫਿਕੇਸ਼ਨ ਹੈ ਉਹਦੇ ਲਈ ਤਾਂ ਕਾਫੀ ਕੈਂਡੀਡੇਟ ਐਲੀਜੀਬਲ ਹੋਣੇ ਹੈਗੇ ਨੇ ਉਹ ਮੈਂ ਗੱਲ ਕਰ ਲੈਣੇ ਸਭ ਤੋਂ ਪਹਿਲਾਂ ਅਸੀਂ ਇਹ ਨੋਟੀਫਿਕੇਸ਼ਨ ਇੰਡੀਆ ਪੋਸਟ ਦੇ ਵੱਲੋਂ ਹੈ ਜੀ ਜਿਹੜਾ ਰਿਲੀਜ਼ ਕੀਤਾ ਗਿਆ ਹੈ 올 ਇੰਡੀਆ ਕੈਂਡੀਡੇਟ ਲਈ एलिजिबल ਨੇ ਔਰ ਇਸ ਦੇ ਲਈ ਮੇਲ ਅਤੇ ਫੀਮੇਲ ਕੈਂਡੀਡੇਟ एलिजिबल ਨੇ ਇਹਦੇ ਵਿੱਚ 18 ਤੋਂ ਲੈ ਕੇ 81000 ਤੱਕ ਤੁਹਾਡੀ ਸੈਲਰੀ ਰਹੇਗੀ 10ਵੀਂ 12ਵੀਂ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਦੇ ਲਈ एलिजिबल ਨੇ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਪੋਸਟਾਂ ਦੀ ਇਹਦੇ ਵਿੱਚ ਪੋਸਟਲ ਅਸਿਸਟੈਂਟ ਤੇ ਸੋਰਟਿੰਗ ਅਸਿਸਟੈਂਟ ਦੀਆਂ ਪੋਸਟਾਂ ਨੇ 25000 ਤੋਂ ਲੈ ਕੇ 81000 ਤੱਕ ਤੁਹਾਡੀ ਸੈਲਰੀ ਰਹੇਗੀ ਇਹਨਾਂ ਲਈ ਪੋਸਟਮੈਨ ਦੇ ਲਈ 21700 ਤੋਂ ਲੈ ਕੇ 69100 ਮਲਟੀਟਾਸਕਿੰਗ ਸਟਾਫ ਦੇ ਲਈ 180 ਕਰਾਂ ਤੁਹਾਡੇ ਲਈ ਕਿ 12th ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਦੇ ਲਈ ਅਪਲਾਈ ਕਰ ਸਕਦੇ ਨੇ ਮਲਟੀਟਾਸਕਿੰਗ ਦੇ ਲਈ 10th ਵਾਲੇ ਕੈਂਡੀਡੇਟ ਨੇ ਔਰ ਉਸੇ ਦੇ ਨਾਲ ਅਗਰ ਮੈਂ ਗੱਲ ਕਰਾਂ ਸਿਲੈਕਸ਼ਨ ਦੀ ਤੇ ਇਹਦੇ ਵਿੱਚ ਤੁਹਾਡੀ ਮੈਰਿਟ ਬੇਸਿਸ ਤੇ ਸਿਲੈਕਸ਼ਨ ਹੋਣੀ ਹੈ ਤੇ ਤੁਸੀਂ ਐਪਲੀਕੇਸ਼ਨ ਫੀਸ ਸਿਰਫ ਸਿਰਫ 100 ਰੁਪਏ ਪੇ ਕਰਨੀ ਹੈ ਤੇ ਇਹਦੇ ਲਈ ਅਗਰ ਅਸੀਂ ਗੱਲ ਕਰੀਏ 18 ਤੋਂ ਲੈ ਕੇ 27 ਸਾਲ ਤੱਕ ਜਨਰਲ ਤੇ ای ڈਬਲਯੂ ਐਸ ਦੇ ਕੈਂਡੀਡੇਟ ਜਿਹੜੇ ਨੇ ਅਪਲਾਈ ਕਰ ਸਕਦੇ ਨੇ ओबीसी ਦੇ ਲਈ 3 ਸਾਲ ਦਾ ਏਜ਼ ਰੈਲੈਕਸੇਸ਼ਨ ਹੈ ਜੀ ਪਰਸਨਲ ਡਿਸੇਬਿਲਟੀ ਦੇ ਲਈ 10 ਇਅਰ ਦਾ ਰੈਲੈਕਸੇਸ਼ਨ ਹੈ ਪਰਸਨਲ ਡਿਸੇਬਿਲਟੀ ਪਲੱਸ ओबीसी ਦੇ ਲਈ 13 ਸਾਲ ਦਾ ਪਰਸਨਲ ਡਿਸੇਬਿਲਟੀ ਐਸ ਸੀ ਐਸ ٹی ਦੇ ਲਈ 15 ਸਾਲ ਦਾ ਇਹਦੇ ਵਿੱਚ ਤੁਹਾਡਾ ਰਹਿਣ ਵਾਲਾ ਹੈ ਜੀ ਔਰ ਇਸ ਦੇ ਲਈ ਨੋਟੀਫਿਕੇਸ਼ਨ ਜਲਦੀ ਆਊਟ ਹੋਏਗਾ ਡਰਾਫਟ ਨੋਟੀਫਿਕੇਸ਼ਨ ਆਲਰੇਡੀ ਆਊਟ ਕਰ ਦਿੱਤਾ ਗਿਆ ਹੈ ਜੋ ਕਿ 2023 ਦੀ ਪੋਸਟਾਂ ਦੇ ਲਈ ਹੈ ਸੋ ਇਹ ਤੁਸੀਂ ਡਰਾਫਟ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਜੋ ਕਿ ਗਵਰਨਮੈਂਟ ਆ जारी ਕੀਤਾ ਗਿਆ 15 11 2022 ਨੂੰ ਆਪਣੇ ਇੰਟਰਨਲ ডিপਾਰਟਮੈਂਟ ਨੂੰ ਜੋ ਕਿ ਜਿਹੜੇ ਸਟੇਕ ਹੋਲਡਰਸ ਨੇ ਅੰਦਰਲੀ ডিপਾਰਟਮੈਂਟ ਦੇ ਤੁਸੀਂ ਇਸ ਤੋਂ ਬਾਅਦ ਸਿੱਧਾ ਜਾਣਾ ਨੀਚੇ ਚੌਥੇ ਪੇਜ ਤੇ ਤੁਹਾਨੂੰ ਮੇਖਨ ਨੂੰ ਮਿਲੇਗਾ ਪੋਸਟਮੈਨ ਦੀਆਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ 59099 ਪੋਸਟਾਂ ਨੇ ਠੀਕ ਹੈ ਜੀ ਔਰ ਇਸ ਤੋਂ ਬਾਅਦ ਡਿਪੈਂਡ ਕਰਦਾ ਹੈ ਕਿੰਨੀਆਂ ਵਧ ਵੀ ਸਕਦੀਆਂ ਨੇ 21700 ਤੋਂ ਲੈ ਕੇ ਡੀ ਸੈਲਰੀ ਸਟਾਰਟਿੰਗ ਹੈ ਉਸ ਤੋਂ ਬਾਅਦ ਨੈਕਸਟ ਪੋਸਟ ਦੀ ਜੇਕਰ ਮੈਂ ਗੱਲ ਕਰਾਂ ਤੇ ਜਿਹੜੀਆਂ ਉਹਨਾਂ ਨੇ ਲਿਖੀਆਂ ਹੋਈਆਂ ਨੇ ਉਹ ਤੁਸੀਂ ਥੋੜਾ نیچے ਜਾਓਗੇ ਤੁਹਾਨੂੰ ਦੇਖਣ ਨੂੰ ਮਿਲੇਗਾ ਮੀਲਗਾਰਡ ਦੀਆਂ ਨੇ ਜਿਹੜੀ ਠੀਕ ਹੈ ਜੀ 14000 ਸੋ ਪੰਤਾ ਸੋਰੀ 1445 ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਣਗੀਆਂ ਚ ਸੈਲਰੀ ਵੀ ਉਹਨਾਂ ਨੇ ਜਿਹੜੀ ਹੈ ਜੀ ਉਹ ਮੈਂਸ਼ਨ ਕੀਤੀ ਹੋਈ ਹੈ ਸੋ ਇਸ ਦੇ ਲਈ ਤੁਸੀਂ ਡਰਾਫਟ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਜਲਦੀ ਹੀ ਆਪਾਂ ਨੂੰ ਜਿਹੜਾ ਹੈ ਜਨਵਰੀ ਫਰਵਰੀ ਦੇ ਵਿੱਚ ਇਹਦਾ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਸਕਦਾ ਹੈ ਸੋ ਤੁਸੀਂ ਇਹਦੇ ਲਈ ਆਪਣੀ ਤਿਆਰੀ ਜ਼ਰੂਰ ਰੱਖਣੀ ਹੈ ਜੀ ਕਿਉਂਕਿ ਇਹ ਸਿਰਫ ਅਪਲਾਈ ਕਰਨਾ ਹੈ ਬਾਕੀ ਮੈਰਿਟ ਬੇਸਿਸ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਸੋ ਕੀ ਕੱਟਆਫ ਜਾਏਗੀ ਕਿੱਦਾਂ ਹੋਏਗਾ ਉਹਦੇ ਬਾਰੇ ਇਨਫੋਰਮੇਸ਼ਨ ਅੱਗੇ ਆਪਾਂ ਵੀਡੀਓ ਡਿਸਕਸ ਕਰਾਂਗੇ ਨੈਕਸਟ ਕਿਸੇ ਵੀਡੀਓ ਅਗਰ ਤੁਹਾਨੂੰ ਰਿਕੁਆਇਰ ਹੋਏਗਾ ਜਰ ਤانوں ਇਦਾਂ ਦੀ ਵੀਡੀਓ ਰਿਕੁਆਇਰਡ ਹੋਏਗੀ ਜੋ ਕਮੈਂਟ ਬਾਕਸ ਦੱਸਿਓ ਜੀ ਬਾਕੀ ਆਏ ਇਹ ਨੋਟੀਫਿਕੇਸ਼ਨ ਨੇ ਜਿਹੜੇ ਅਪਕਮਿੰਗ ਨੇ ਪਲੱਸ ਆਏ ਜਿਹੜੇ ਆਊਟ ਹੋ ਚੁੱਕੇ ਨੇ ਜਿਨ੍ਹਾਂ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਲਿੰਕ ਸਾਰੇ ਡਿਸਕ੍ਰਿਪਸ਼ਨ ਚ ਦੇ ਦਿੱਤੇ ਨੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ